ਲੋ ਜੀ ਹੁਣ ਜਾਣ ਦਾ ਵੇਲਾ ਆ ਗਿਆ ਇਹ ਸਾਡੀ ਹੈ ਟ੍ਰੇਨ ਨੰਬਰ 2 ਦੀਆਂ ਸਾਰੀਆਂ ਸੰਗਤਾਂ ਤੁਸੀਂ ਦੇਖੋ ਉਹ ਮੇਨ ਗੇਟ ਤੋਂ ਪਹਿਲਾਂ ਹੀ ਐਡੀ ਵੱਡੀ ਲਾਈਨ ਲੱਗੀ ਪਈ ਆ ਦੇਖੋ ਉਹਨਾਂ ਨੇ ਕਿਹਾ ਸੀ ਤੁਹਾਨੂੰ 4 ਵਜੇ ਲੈ ਕੇ ਜਾਵਾਂਗੇ ਹੁਣ 3:30 ਵੱਜ ਗਏ ਲੋ ਜੀ ਹੁਣ ਅਸੀਂ ਚੱਲੇ ਆ ਬਾਹਰ ਇੱਥੋਂ ਮੇਨ ਗੇਟ ਸੀ ਇੱਥੋਂ ਹੀ ਐਂਟਰੀ ਸੀ ਇੱਥੋਂ ਹੀ ਸਾਡਾ ਐਗਜ਼ਿਟ ਹੈ ਹੁਣ ਤੇ ਮੇਨ ਗੇਟ ਦੇ ਬਾਹਰ ਹੀ ਸਾਡੀਆਂ ਬੱਸਾਂ ਖੜੀਆਂ ਨੇ लो जी समान साडा सारा रखिया गया ते हुण मैं लगी आ बस च चढ़न ये बस ओ बस दे मुकाबले घट सोहणी आ पहला वाली बस साडी बाली सोहणी आ देखो तुसी सीटां किद्दां दीआं लगीआं होईआं ने लो जी हुण असीं पहुंच गए हसन अबदाल दे रेलवे स्टेशन आप अपना बैग लैने ते अगे वाल नूं चलदे आ देखो हसन अबदाल दा रेलवे स्टेशन पहला मैं बैग फड़ लां इत्थे भी साड़ी बस दे नाल साड़ी फुल सिक्योरिटी है किसी तरह की सानू कोई प्रॉब्लम नहीं हैगी इत्थे ते आ गया हसन अबदाल दा रेलवे स्टेशन बहुत सोहणे इत्थे रेलवे स्टेशन बनाए हुए ने अंदर भी पूरी साफ सफाई आ एक गल मैं इत्थे होर नोट कीती है इत्थे ना हरेक सरकारी इमारत दे उपर ओ देखो पाकिस्तान दा फ्लैग लग्या होया इत्थे झंडा जरूर लग्या होया हुंदा है जिस दिन असीं आए सी ना सानू इत्थे ही बिठाया गया सी ते जिहड़े इहनां दे सरकारी कर्मचारी आ रेलवे स्टेशन वाले ये बहुत चंगे आ मतलब बहुत हैल्प करते हैं जो मैं आ रही थी मेरा जथा तो अगे चलिया गया तो मैं कहें कहें भी तुहाडा डब्बा नंबर किन्ना मैं दस दिता जी 8 कहने आ राह जांदा है बार बार रेलवे स्टेशन से ओके ओके जी बार बार बोली जाते हैं कि टाइम बहुत थोड़ा रह गया जल्दी करो मैनू कहते भैने वीडियो बनाने छड़ दे फटाफट अपनी ट्रेन च चढ़ जा टाइम बहुत थोड़ा रह गया पर मैनू तो किवें छड़ के जा सकते हैं क्योंकि इत्थे मैनू हुणी फोन आया सीगा ते इत्थे नासर वीर क्योंकि इत्थे हुणी मैनू फोन आया सी नासर वीर ने भेजे हुए आ ते मैं उन्हां नूं भी तुहानूं मिलाउनी आ कि मैनू ट्रेन च कोई परेशानी ना होवे ते नासर वीरा बेशक मेरे नाल नहीं पर बहुत ध्यान रखदे आ इत्थे मेरा उह कि ते इह सारे बंदियां नूं इत्थे काउंट करके जांदे आ जिन्नी भी साडी संगत आई आ कि कोई रह ना गया होवे भी कोई मिस ना हो जाए कितें आ देखो इत्थे साडे डब्बे नूं गिण के गए ने ਸਾਡੇ ਡੱਬੇ ਦੇ ਵਿੱਚ 76 ਬੰਦੇ ਆ ਲੋ ਜੀ ਅਗੇਨ ਸਾਨੂੰ ਫੇਰ ਚੀਜ਼ੀਆਂ ਮਿਲ ਗਈਆਂ ਜਦੋਂ ਵੀ ਅਸੀਂ ਟ੍ਰੇਨ ਚੜ੍ਹਦੇ ਹਾਂ ਤੈਨੂੰ ਕੁਝ ਨਾ ਕੁਝ ਮਿਲ ਹੀ ਜਾਂਦਾ ਹੈ ਖਾਣ ਨੂੰ ਲੋ ਜੀ ਖਜ਼ਾਨਚੀ ਸਾਹਿਬ ਸਾਹਮਣੇ ਤੁਸੀਂ ਤੇ ਮੈਂ ਨਾਸਰ ਵੀਰੇ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਤੇ ਵਿਚਾਰੇ ਹਮੇਸ਼ਾ ਮੇਰੀ ਹੈਲਪ ਕਰਦੇ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਡਾ ਸੇਮ ਡੱਬਾ ਰਹਿਣਾ ਹੈ ਸੇਮ ਸਾਡਾ ਹੀ ਸੀਟ ਨੰਬਰ ਰਹੂਗੀ ਆ ਦੇਖੋ ਉਹੀ ਸਾਡੀ ਸੀਟ ਨੰਬਰ ਹੈ 8 9 7 ਉਹੀ ਸਾਡੀ ਸੀਟ ਨੰਬਰ ਹੈ ਤੇ ਹਜੇ ਟ੍ਰੇਨ ਚੱਲੀ ਨਹੀਂ ਹੈਗੀ ਪਹਿਲੀ ਸਾਨੂੰ ਅੰਦਰ ਬਿਠਾ ਲੈਂਦੇ ਨੇ ਇਹਨਾਂ ਨੂੰ ਐ ਹੁੰਦਾ ਵੀ ਕੋਈ ਨਾ ਕੋਈ ਬੰਦਾ ਕਿਤੇ ਮਿਸ ਨਾ ਹੋ ਜੇ ਸੌਰੀ ਮੈਂ ਨਾ ਪਰਸੋਂ ਤੁਹਾਨੂੰ ਦਿਖਾ ਨਹੀਂ ਸਕੀ ਸੀ ਵੀ ਕੀ ਕੁਛ ਆਇਆ ਤੇ ਕੋਲਡ ਡਰਿੰਕ ਹੈ ਗਲਾਸ ਨੇ ਤੇ ਇੱਕ ਪਾਣੀ ਦੀ ਬੋਤਲ ਸੀਗੀ ਤੇ ਆ ਭੁਜੀ ਹੈ ਤੇ ਨਾਲ ਲੇਜ਼ ਹੈ ਆ ਦੇਖੋ ਇਹ ਰਸਤੇ 'ਚ ਸਾਰਿਆਂ ਨੂੰ ਮੈਨੂੰ ਲੱਗਦਾ ਆਪਾਂ ਨੂੰ ਵੀ ਪੰਜਾਬ ਵਾਲੇ ਨੂੰ ਇਹ ਚੀਜ਼ ਸਿੱਖਣੀ ਚਾਹੀਦੀ ਹੈ ਵੀ ਜਦੋਂ ਸਾਡੇ ਕੋਈ ਮਹਿਮਾਨ ਆਵੇ ਅਸੀਂ ਉਹਨੂੰ ਜਾਂਦੇ ਨੂੰ ਕੁਛ ਨਾ ਕੁਛ ਦੇ ਕੇ ਤੋਰੀਏ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਇਹ ਕਲਚਰ ਸਾਰੀ ਸੰਗਤ ਨੂੰ ਅਸੀਂ ਕੋਲਡ ਡਰਿੰਕ ਦਾ ਲੰਗਰ ਲਾ ਦਿੱਤਾ ਅੱਜ ਜਿਹੜਾ ਸਾਡੇ ਲਈ ਆਇਆ ਸੀ ਲਓ ਜੀ ਯਾ ਕਾਲ ਆ ਦੇਖੋ ਇੱਕ ਆਫੀਸਰ ਹੋਰ ਆ ਗਏ ਅਸਲ 'ਚ ਨਾ ਮੈਨੂੰ ਲੱਗਦਾ ਕਈ ਵਾਰੀ ਸੰਗਤ ਸ਼ਾਇਦ ਉੱਤਰ ਅਤਰ ਨਾ ਜਾਂਦੀ ਹੋਵੇ ਤਾਂ ਕਰਕੇ ਗਿਣਤੀ ਕਰਨ ਆਉਂਦੇ ਆ ਕਿ ਸਾਰੀ ਸੰਗਤ ਪੂਰੀ ਆ ਆ ਉਹੀ ਜਗ੍ਹਾ ਜਿੱਥੇ ਆਪਾਂ ਬਲੀ ਗੰਧਾਰੀ ਨੂੰ ਉੱਪਰ ਪਹਾੜੀ ਤੇ ਗਏ ਸੀਗੇ ਆ ਦੇਖੋ ਇੱਕ ਇਨਸਪੈਕਟਰ ਹੋਰ ਸਾਡੀ ਗਿਣਤੀ ਲਈ ਆ ਗਏ ਤੇ ਇੱਕ ਉਧਰ ਸਾਡਾ ਟੀਟੀ ਜਾਂਦਾ ਉਹ ਵੀ ਸਾਡੀ ਗਿਣਤੀ ਕਰਕੇ ਗਿਆ ਕਿ ਕਿੰਨੀ ਸੰਗਤ ਆਈ ਆ ਇੱਥੇ ਬਾਰ ਬਾਰ ਸਾਡੀ ਗਿਣਤੀ ਹੋਈ ਜਾਂਦੀ ਆ ਇੱਥੇ ਕਿਤੇ ਮੈਨੂੰ ਭੁੱਲ ਜਾ ਓਕੇ ਓਕੇ ਠੀਕ ਆ ਪੂਰੇ ਹੁਣ ਅਸੀਂ ਜੀ 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 ਓਕੇ ਅਸਲ ਜੋ ਕਹਿੰਦੇ ਪਹਿਲਾਂ ਗਿਣਤੀ ਘਟ ਗਈ ਸੀ ਇੱਕ ਬੰਦੇ ਦੀ ਤੇ ਪਹਿਲਾਂ ਮੈਂ ਉਧਰ ਬੈਠੀ ਸੀ ਜਦੋਂ ਇਹ ਲੰਗੇ ਇਹਨਾਂ ਨੇ ਮੈਨੂੰ ਨਹੀਂ ਦੇਖਿਆ ਹੁਣ ਕਹਿੰਦੇ ਅੱਛਾ ਤੁਹਾਡੀ ਗਿਣਤੀ ਨਹੀਂ ਕੀਤੀ ਸੀ ਮੈਂ ਕਿਹਾ ਹੁਣ ਗਿਣ ਲਓ ਚੰਗੀ ਤਰ੍ਹਾਂ ਮੈਨੂੰ ਵੀ ਨਾਲ ਤੇ ਇਹ ਨੇ ਪਾਕਿਸਤਾਨ ਦੀਆਂ ਲੋਕਲ ਟ੍ਰੇਨਾਂ ਸਾਡੇ ਜਦੋਂ ਸਾਡੀ ਟ੍ਰੇਨ ਜਾਂਦੀ ਹੈ ਸਾਡੇ ਨਾਲ ਕਿਸੇ ਵੀ ਲੋਕਲ ਨੂੰ ਬਿਠਾਇਆ ਨਹੀਂ ਜਾਂਦਾ
ਸਾਡੀ ਇਹ ਟ੍ਰੇਨ ਨੰਬਰ 2 ਤੇ ਇਹ ਹੈ ਟ੍ਰੇਨ ਨੰਬਰ 3 ਇਹ ਹਜੇ ਉਧਰ ਨੂੰ ਜਾ ਰਹੀ ਹੈ ਹਜੇ ਇਹਦੇ ਵਿੱਚ ਸਾਰੇ ਪੁਲਿਸ ਆਫੀਸਰ ਨੇ ਕੋਈ ਮਸਲਾ ਨਹੀਂ ਹੈਗਾ ਵੀਰੇ ਸਾਰੇ ਚੜ੍ਹਦੀ ਕਲਾ ਚ ਨੇ ਹਾਂਜੀ ਜੀ ਅਸਲ ਚ ਇਹ ਵੀ ਆਫੀਸਰ ਨੇ ਇਹਨਾਂ ਨੂੰ ਨਾਸਰ ਵੀਰੇ ਨੇ ਭੇਜਿਆ ਸੀ ਮੈਨੂੰ ਕਹਿੰਦੇ ਸੀ ਕਿ ਤੇਰੇ ਨਾਲ ਹੀ ਤੇਰੇ ਡੱਬੇ ਚ ਰਹਿਣਗੇ ਜੇ ਕੋਈ ਤੈਨੂੰ ਪ੍ਰੋਬਲਮ ਹੋਈ ਤਾਂ ਦੱਸ ਦੇ ਵੈਸੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਫਿਰ ਵੀ ਭਰਾਵਾਂ ਦਾ ਤਾਂ ਸਾਥ ਹੀ ਵੱਡਾ ਹੁੰਦਾ ਬੰਦੇ ਲਈ ਇਹ ਅੱਗੇ ਫੇਰ ਕੋਈ ਨਿੱਕਾ ਜਿਹਾ ਸ਼ਹਿਰ ਆ ਗਿਆ ਆਹ ਦੇਖੋ ਸੇਮ ਆਪਣੇ ਪੰਜਾਬ ਵਾਲੇ ਇੱਥੇ ਘਰ ਨੇ ਉਹੀ ਘਰਾਂ ਦੇ ਸਟਾਈਲ ਨੇ ਥੋੜੀ ਜਿਹੀ ਸ਼ਹਿਰ ਸ਼ਹਿਰਾਂ ਵਰਗੀ ਆ ਜਾਂਦੇ ਹੁੰਦੇ ਨੇ ਇਹ ਵਾਲੀ ਟ੍ਰੇਨ ਥੋੜੀ ਜਿਹੀ ਸਪੀਡ ਤੇ ਜਾ ਰਹੀ ਹੈ ਨਾ ਇਹ ਵਾਲੀ ਟ੍ਰੇਨ ਸਪੀਡ ਤੇ ਜਾ ਰਹੀ ਹੈ ਪਹਿਲਾਂ ਵਾਲੀ ਤਾਂ ਸਾਈਕਲ ਦੀ ਚਾਲ ਤੇ ਸੀਗੀ ਇਹ ਮੈਨੂੰ ਲੱਗਦਾ ਲਾ ਦੂਗੀ ਸਾਨੂੰ ਜਲਦੀ ਮੈਂ ਬਾਹਰੋਂ ਪੁੱਛਿਆ ਸੀ ਉਹ ਕਹਿੰਦੇ ਸੀ ਵੀ ਤੁਹਾਨੂੰ 7-8 ਘੰਟੇ ਤੇ ਤੋਂ ਲੱਗ ਹੀ ਜਾਣਗੇ ਪਰ ਜਿਹੜੇ ਹਿਸਾਬ ਨਾਲ ਸਾਡੀ ਟ੍ਰੇਨ ਨੇ ਸਪੀਡ ਫੜੀ ਹੋਈ ਮੈਨੂੰ ਲੱਗਦਾ 4 ਘੰਟੇ ਚ ਹੀ ਲਾ ਦੂ ਰਾਤ ਹੋਣੀ ਸ਼ੁਰੂ ਹੋ ਗਈ ਹੁਣ ਤੁਸੀਂ ਦੇਖੋ ਬੱਚੇ ਸਾਡੇ ਲਈ ਇੱਥੇ ਖੜੇ ਨੇ ਬਾਏ 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 ਤੇ ਬਹੁਤ ਸਾਰਾ ਪਿਆਰ ਕਰਦੇ ਇੱਥੇ ਮੈਨੂੰ ਨਾ ਇੱਥੇ ਦੀ ਸਰਕਾਰ ਨਾਲ ਛੋਟਾ ਜਿਹਾ ਇੱਕ ਗਿਲਾ ਹੈ ਵੈਸੇ ਤਾਂ ਤੁਸੀਂ ਸਾਡੇ ਲਈ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਮੈਂ ਬਹੁਤ ਚੰਗਾ ਲੱਗਿਆ ਸਾਨੂੰ ਤੁਸੀਂ ਖੁੱਲ੍ਹੇ ਦਰਸ਼ਨ ਦਿਦਾਰੇ ਕਰੇ ਪਰ ਇੱਕ ਮੈਨੂੰ ਛੋਟਾ ਜਿਹਾ ਗਿਲਾ ਹੈ ਕਿ ਤੁਸੀਂ ਪਲੀਜ਼ ਆਉਣ ਵਾਲੀਆਂ ਸੰਗਤਾਂ ਲਈ ਥੋੜਾ ਜਿਹਾ ਜਲਦੀ ਉਹਨਾਂ ਨੂੰ ਬਾਹਰ ਕਰਿਆ ਕਰੋ ਕਿਉਂਕਿ ਦੇਖੋ ਅਸੀਂ ਹਮੇਸ਼ਾ ਸਾਨੂੰ ਤੁਸੀਂ 5-6 ਵਜੇ ਬਾਹਰ ਕੱਢਦੇ ਹੋ ਅਤੇ ਉਦੋਂ ਨੂੰ ਸਾਰੀ ਬਿਊਟੀ ਖਤਮ ਹੋ ਜਾਂਦੀ ਹੈ ਲਾਈਕ ਹਨੇਰਾ ਹੋਣਾ ਸਟਾਰਟ ਹੋ ਜਾਂਦਾ ਮਤਲਬ ਪਹਿਲੇ ਦਿਨ ਅਸੀਂ ਵਾਹਗਾ ਬਾਰਡਰ ਤੋਂ ਆਏ ਸੀਗੇ ਉਦੋਂ ਵੀ ਸਾਨੂੰ ਰਾਤ ਨੂੰ ਲਿਆਂਦਾ ਗਿਆ ਫਿਰ ਅਸੀਂ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਆਏ ਸੀ ਉਦੋਂ ਵੀ ਸਾਨੂੰ ਰਾਤ ਨੂੰ ਲਿਆਂਦਾ ਗਿਆ ਅਤੇ ਹੁਣ ਫਿਰ ਉਹੀ 4-4:30 ਵਜੇ ਅਸੀਂ ਇੱਥੋਂ ਚੱਲੇ ਹਾਂ ਹੁਣ ਕਿ ਮੈਨੂੰ ਲੱਗਦਾ ਐਂ ਕਰਦੇ ਹਾਂ ਕਿ ਸਿਕਿਉਰਿਟੀ ਪਰਪਸ ਕਰਕੇ ਕਿ ਰਾਤ ਨੂੰ ਲੋਕ ਆਰਾਮ ਨਾਲ ਸੋ ਜਾਂਦੇ ਨੇ ਡਿਸਟਰਬ ਨਹੀਂ ਕਰਦੇ ਦਿਨੇ ਫਿਰ ਤੰਗ ਕਰਦੇ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਇੱਥੋਂ ਤਾਂ ਮੈਨੂੰ ਕੁਛ ਐਂ ਲੱਗ ਹੀ ਨਹੀਂ ਰਿਹਾ ਵੀ ਮੈਂ ਕਿਤੇ ਹੋਰ ਤੁਰੀ ਫਿਰਦੀ ਹਾਂ ਬਿਲਕੁਲ ਆਪਣੇ ਉਧਰਲੇ ਪੰਜਾਬ ਦੀ ਤਰ੍ਹਾਂ ਜਿਵੇਂ ਆਪਣੇ ਪਠਾਨਕੋਟ ਵਾਲੀ ਸਾਈਡ ਵੀ ਐਂ ਛੋਟੇ ਛੋਟੇ ਪਹਾੜ ਆਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਇੱਧਰੋਂ ਜਦੋਂ ਆਪਾਂ ਚੰਡੀਗੜ੍ਹ ਤੋਂ ਸ਼ਿਮਲੇ ਨੂੰ ਜਾਂਦੇ ਹਾਂ ਸੇਮ ਉੱਦਾਂ ਹੀ ਹਾਈਵੇ ਨੇ ਆਹ ਦੇਖੋ ਟਰੱਕ ਬਹੁਤ ਸੋਹਣੇ ਮੈਨੂੰ ਇੱਥੋਂ ਦੇ ਟਰੱਕ ਬਹੁਤ ਸੋਹਣੇ ਲੱਗਦੇ ਨੇ ਟਰੱਕ ਹੋ ਗਿਆ ਬੱਸਾਂ ਹੋ ਗਈਆਂ ਬਹੁਤ ਪਿਆਰੀਆਂ ਬਣੇ ਉਹ ਦੇਖੋ ਜਗਮਗਾਉਂਦਾ ਟਰੱਕ ਜਾ ਰਿਹਾ 5 ਵਜੇ ਸਾਨੂੰ ਉੱਥੋਂ ਤੋਰਿਆ ਗਿਆ ਸੀ ਅਤੇ ਹੁਣ ਵੱਜ ਗਏ 5:31 ਹੁਣ ਹੋ ਗਏ ਨੇ ਅਤੇ ਤੁਸੀਂ ਦੇਖੋ ਇੱਥੇ ਹਨੇਰਾ ਹੋਣਾ ਸ਼ੁਰੂ ਹੋ ਗਿਆ ਤਾਂ ਹੀ ਮੈਂ ਕਹਿ ਰਹੀ ਸੀ ਕਿ ਸਾਨੂੰ ਥੋੜ੍ਹਾ ਜਿਹਾ ਜਲਦੀ ਅੱਗੇ ਤੋਂ ਮਤਲਬ ਆਉਣ ਵਾਲੀ ਸੰਗਤ ਲਈ ਇੱਕ ਛੋਟਾ ਜਿਹਾ ਪ੍ਰਬੰਧ ਹੋਰ ਕੀਤਾ ਜਾਵੇ ਜਿੱਥੇ ਤੁਸੀਂ ਸਾਡੇ ਲਈ ਇੰਨਾ ਕੁਛ ਕੀਤਾ ਤਾਂ ਸਾਨੂੰ ਘੱਟੋ ਘੱਟ 2 ਵਜੇ ਬਾਹਰ ਲੈ ਕੇ ਜਾਇਆ ਜਾਵੇ 2 ਵੀ ਘੱਟੋ ਘੱਟ ਸਾਨੂੰ 11-12 ਵਜੇ ਬਾਹਰ ਲੈ ਕੇ ਜਾਇਆ ਜਾਵੇ ਤਾਂ ਜੋ ਅਸੀਂ ਆਪਣੇ ਟਿਕਾਣੇ 'ਤੇ ਸਮੇਂ ਸਿਰ ਪਹੁੰਚ ਜਾਈਏ ਅਸਲ 'ਚ ਨਾ ਮੈਂ ਆਪਣੀ ਕਰ ਰਹੀ ਸੀ ਟੈਚੀ ਸੈੱਟ ਇਹ ਮੈਨੂੰ ਕਹਿੰਦੇ ਭੈਣੇ ਇੰਨੀ ਛੇਤੀ ਨਹੀਂ ਉਤਰਨਾ ਮੈਂ ਕਿਹਾ ਮੈਂ ਲਾਹੌਰ ਦੇਖਣਾ ਹਜੇ ਮੈਂ ਜੰਮਣਾ ਸਾਡੇ ਨਾ ਪੰਜਾਬ 'ਚ ਕਹਿੰਦੇ ਨੇ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਸੋ ਅੱਜ ਰਾਤ ਨੂੰ ਆਪਾਂ ਸਾਰੀਆਂ ਸੰਗਤਾਂ ਨੇ ਜੰਮ ਜਾਣਾ ਗੁਰੂ ਘਰ ਜੀ ਆਪਣਾ ਯਾਤਰਾ ਦੇ ਵਿੱਚ ਆਪਣਾ ਕੋਸ਼ਿਸ਼ ਕਰੀ ਕਿ ਸੰਗਤਾਂ ਖੁਸ਼ ਹੋ ਕੇ ਜਾਣ ਵਾਹਗਾ ਬਾਰਡਰ ਤੋਂ ਲੈ ਕੇ ਸ੍ਰੀ ਗੁਰਦੁਆਰਾ ਹਸਨ ਅਬਦਾਲ ਪੰਜਾ ਸਾਹਿਬ ਲੈ ਕੇ ਗਏ ਸਨ ਸੰਗਤ ਨੂੰ ਤੇ ਖੈਰੀ ਖੈਰੀ ਹੁਣ ਸ੍ਰੀ ਗੁਰਦੁਆਰਾ ਲਾਹੌਰ ਵਾਪਸ ਲੈ ਕੇ ਜਾ ਰਹੇ ਆ ਮੈਨੂੰ ਦੇਖ ਕੇ ਜੇ ਥੋੜੇ ਜੇ ਵੀ ਇੰਸਪਾਇਰ ਹੋ ਜਾਣ ਕੀ ਕਿਉਂਕਿ ਸਾਡੇ ਡਰਦੇ ਆ ਕਿ ਪਾਸਪੋਰਟ ਤੇ ਸਟੈਂਪ ਨਾ ਲੱਗ ਜੇ ਕਿਤੇ ਮੈਂ ਤੁਹਾਨੂੰ ਗੱਲ ਦੱਸਾਂ ਸਭ ਝੂਠ ਹੈ ਹਾਂਜੀ ਇਹ ਗੁਰੂ ਦਾ ਘਰ ਹੈ ਰੱਬ ਦਾ ਘਰ ਹੈ ਇਹ ਵਕਫ ਬੋਰਡ ਦੀ ਜਿਹੜੀ ਸਿਕਿਉਰਿਟੀ ਹੈ ਸਾਡੇ ਵਕਫ ਬੋਰਡ ਦੇ ਜਿਹੜੇ ਅਫਸਰ ਨੇ ਅਸੀਂ ਪੂਰੀ ਪੂਰੀ ਦਿਲੋ ਜਾਨ ਨਾਲ ਰਾਤ ਦਿਨ ਸਾਡੇ ਅਫਸਰ ਤੇ ਅਸੀਂ ਮਿਹਨਤ ਕਰਨੇ ਆ ਸਾਡੇ ਪਾਕਿਸਤਾਨ ਵੱਲੋਂ ਲੋਕਾਂ ਨੂੰ ਜਿਨ੍ਹਾਂ ਨੂੰ ਗਲਤ ਫਹਿਮੀਆਂ ਨੇ ਉਹ ਗਲਤ ਫਹਿਮੀਆਂ ਦੂਰ ਹੋਣ ਅਤੇ ਪਿਆਰ ਵੰਡਿਆ ਜਾਂਦਾ ਮੁਹੱਬਤਾਂ ਵੰਡੀਆਂ ਜਾਂਦੀਆਂ ਨੇ ਅਸੀਂ ਵੀ ਕਹਿੰਦੇ ਹਾਂ ਜੀ ਆਇਆਂ ਨੂੰ ਜੀ ਸਦਕੇ ਕੋਈ ਆਵੇ ਇਸ ਪਾਕ ਪਵਿੱਤਰ ਧਰਤੀ ਤੇ ਲਓ ਜੀ ਰਾਵਲਪਿੰਡੀ ਦਾ ਰੇਲਵੇ ਸਟੇਸ਼ਨ ਆ ਗਿਆ ਤੁਸੀਂ ਦੇਖੋ ਕਿੰਨੀ ਸਿਕਿਉਰਿਟੀ ਹੈ ਸਾਡੇ ਤੋਂ ਬਿਨਾਂ ਸਾਡੀ ਸੰਗਤ ਤੋਂ ਬਿਨਾਂ ਇੱਥੇ ਕੋਈ ਵੀ ਨਹੀਂ ਹੈਗਾ ਇਹ ਸਾਡੇ ਲਈ ਸਪੈਸ਼ਲ ਪ੍ਰਬੰਧ ਕੀਤੇ ਗਏ ਨੇ ਸਰ ਜੀ ਚਾਹ ਪੀ ਸਕਦੇ ਹਾਂ ਅਸੀਂ ਬਾਹਰ ਆ ਕੇ ਚਾਹ ਪੀ ਸਕਦੇ ਹਾਂ ਅਸੀਂ ਬਾਹਰ ਆ ਕੇ
ओके चाह पी सकते हैं कहने मेरा तो आप जी करी जाता क्योंकि रात हो गई नींद आने लग गई हूं असि चले थोड़ा जा नीचे क्योंकि यह रावलपिंडी के रेलवे स्टेशन से ट्रेन रुकी है। ਇਹ ਸਾਰਾ ਰਾਵਲਪਿੰਡੀ ਦਾ ਰੇਲਵੇ ਸਟੇਸ਼ਨ ਹੈ ਤੁਸੀਂ ਦੇਖੋ ਉਹ ਲਿਖਿਆ ਹੋਇਆ ਰਾਵਲਪਿੰਡੀ ਮੈਨੂੰ ਸਾਰੀ ਉਰਦੂ ਇੱਥੇ ਆ ਕੇ ਆਉਣ ਲੱਗ ਗਈ ਰਾ ਰਾ ਵਾ ਵਾ ਲੱਲਾ ਸਾਰਾ ਕੁਝ ਠੀਕ ਹੈ ਲਓ ਜੀ ਮੈਂ ਚਾਹ ਲੈ ਕੇ ਆਉਣੀ ਹੈ ਪਰਸ ਫੜਾ ਦਿਓ ਮੇਰਾ ਚਾਹ ਉਰੀ ਆ ਜੂਗੀ ਕਹਿ ਦਿੰਦੇ ਆਪਾਂ ਨੂੰ ਕਿੰਨੇ ਨੂੰ ਜੀ ਆ ਦੇ ਉਹਨੂੰ ਕਿਹਾ ਦਿੱਤਾ ਤੂੰ ਹਾਂ ਜੀ ਕਿਹੜੇ ਭਾਈ ਨੂੰ ਕਹਾਂ ਜੀ ਇਹ ਵੱਜ ਕੇ 7 ਮਿੰਟ ਹੋ ਗਏ ਸਿਰਫ 2 ਮਿੰਟਾਂ ਲਈ ਇੱਥੇ ਰੁਕੀ ਹੈ ਟ੍ਰੇਨ ਚਾਹ ਦੇ ਲਈ ਇੱਥੇ ਸਿਰਫ ਸਾਡੀ ਸੰਗਤ ਹੈ ਤੇ ਬਾਹਰੋਂ ਕੋਈ ਵੀ ਨਹੀਂ ਹੈਗਾ ਇੱਥੇ ਲੋਕਲ ਕੋਈ ਵੀ ਨਹੀਂ ਹੈਗਾ ਸਿਰਫ ਸਾਡੇ ਲਈ ਇਹ ਸਟੇਸ਼ਨ ਹੈ ਅੱਜ ਹੁਣ ਤੇ ਚਾਹ ਦੇ ਦਿਓ ਜੀ ਕਿੰਨੇ ਕੱਪ ਲੈਣੇ ਆ ਜੀ ਤੁਸੀਂ ਪੀਣਾ ਨਹੀਂ ਹੁਣ ਮੈਂ ਕਿੰਨੇ ਲਵਾਂ ਫਿਰ 2 ਲੈ ਲੈਣੀ ਹੈ ਮੈਂ 2 ਕੱਪ ਦੇ ਦਿਓ ਜੀ 2 ਜੀ 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 ਓਕੇ ਓਕੇ ਜੀ ਜੀ 2 ਕੱਪ ਚਾਹ ਦੇ ਦਿਓ ਜੀ 50 ਰੁਪਏ ਦਾ ਇੱਕ ਕੱਪ ਹੈ ਤੇ 100 ਰੁਪਏ ਬਣਦੇ ਨੇ ਅਸੀਂ 2 ਕੱਪ ਲੈ ਲਏ ਇਥੋਂ ਤੇ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬੀਆਂ ਦੀ ਪਹਿਲੀ ਪਸੰਦ ਚਾਹ ਚਾਹ ਤੋਂ ਬਿਨਾ ਤਾਂ ਆਪਣੀਆਂ ਅੱਖਾਂ ਨਹੀਂ ਖੁੱਲਦੀਆਂ ਚਾਹ ਪੀ ਕੇ ਥੋੜੀ ਜੀ ਆਪਾਂ ਨੂੰ એનર્ਜੀ ਆ ਜਾਂਦੀ ਆ ਉਹ ਕਹਿੰਦੇ ਨੇ ਹੁੰਦੇ ਸਿਰ ਦੁਖਦਾ ਹੈ ਧਰ ਲਓ ਚਾਹ ਰਿਸ਼ਤੇਦਾਰ ਆ ਗਿਆ ਧਰ ਲਓ ਚਾਹ ਉਸੇ ਤਰ੍ਹਾਂ ਜਦੋਂ ਤੁਸੀਂ ਟ੍ਰੇਨ 'ਚ ਹੁੰਦੇ ਹੋ ਤੁਸੀਂ ਆਪਣਾ ਸਫ਼ਰ ਕੱਢਣਾ ਹੁੰਦਾ ਫਿਰ ਚਾਹ ਪੀ ਪੀ ਕੇ ਗੁਜ਼ਾਰਾ ਹੁੰਦਾ ਹਾਂ ਬਈ ਮੁੰਡਿਆ ਚਾਹ ਲਿਆਂਦੇ ਤੂੰ ਮੇਰੀ ਸੀਟ ਰੋਕ ਲਈ ਚੁੱਪ ਕਰਕੇ ਉਧਰ ਹੋ ਜਾ ਚਾਹ ਉਹਨੂੰ ਕਹਿ ਕੇ ਆਉਣਾ ਦੀ ਚਾਹ ਇਹ ਕਹਿੰਦੇ ਅਸੀਂ ਪੀਣੀ ਨਹੀਂ ਮੈਂ ਕਿਹਾ ਇੱਕ ਮੈਂ ਪੀ ਲੈਣੀ ਇੱਕ ਤੁਸੀਂ ਪੀ ਲਿਓ ਫਿਰ ਮੇਰੇ ਕੋਲੇ ਹੋਰ ਹੱਥ ਨਹੀਂ ਸੀਗੇ ਹੋਰ ਲੈ ਚਾਹ ਬਾਈ ਗਾਲਾਂ ਕੱਢਦੇ ਉਹ ਬਹੁਤ ਜ਼ਿਆਦੇ ਮੈਨੂੰ ਉਹਨਾਂ ਨੇ ਕਿਹਾ ਵੀ ਫਟਾਫਟ ਜਾ ਫਿਰ ਮੈਂ ਪੀਣ ਲੱਗੀ ਹਾਂ ਰਾਵਲਪਿੰਡੀ ਵਾਲੀ ਚਾਹ ਆਪਣੇ ਵਾਲੀ ਪਟਿਆਲੇ ਬਰਨਾਲੇ ਵਾਲੀ ਚਾਹ ਤਾਂ ਅਸੀਂ ਨਿੱਤ ਪੀਨੇ ਆ ਤੇ ਇਸ ਭਾਗਾ ਮੌਕਾ ਵੀ ਕਿਸੇ ਕਿਸੇ ਨੂੰ ਇਹ ਮਿਲਦਾ ਇੱਥੋਂ ਦੀ ਚਾਹ ਪੀਣ ਵਾਲਾ ਤੇ ਅਸੀਂ ਦੋਨੇ ਖੁਸ਼ ਕਿਸਮਤ ਆ ਇੱਥੇ ਅਸੀਂ ਦੋਨਾਂ ਨੇ ਇੱਥੋਂ ਦੀ ਚਾਹ ਟਰਾਈ ਕੀਤੀ ਆ ਕੀ ਕਹਿੰਦੇ ਨੇ ਕੰਡੇ ਵਾਲੀ ਵੱਧ ਮਿੱਠਾ ਪਰ ਮਿੱਠਾ ਜ਼ਿਆਦਾ ਪਾਉਂਦੇ ਆ ਇਹ ਕੰਡੇ ਵਾਲੀ ਚਾਹ ਹੈ ਕੀ ਕਹਿੰਦੇ ਮੋੜੇ ਵਾਲੀ ਮੋੜੇ ਵਾਲੀ ਮਤਲਬ ਕੰਡੇ ਵਾਲੀ ਕੰਡੇ ਨੂੰ ਮੋੜਾ ਕਰਦੇ ਬੜਾ ਸੁਪਨਾ ਠੀਕ ਹੈ ਠੀਕ ਹੈ ਜੀ ਇਹ ਆਪਕੇ ਲਈ ਓਕੇ ਸ਼ੁਕਰੀ ਵੈਸੇ ਮੈਂ ਚਾਹ ਪੀ ਰਹੀ ਸੀ ਪਰ ਹਾਂਜੀ ਇਹ ਬਸ ਕਿਸੇ ਨੇ ਕਹਾ ਇਸ ਲਈ ਆਪਕੋ ਦੇ ਰਹੇ ਹਾਂ ਮੈਨੂੰ ਪਤਾ ਹੈ ਜੀ ਕਿਨੇ ਕੀ ਮੈਨੂੰ ਤਾਂ ਪਤਾ ਹੀ ਹੈ ਕਿ ਨਹੀਂ ਫੜ ਲਓ ਜੀ ਰਹਿ ਗਏ ਉਹ ਦੂਸਰੇ ਪੈਸੇਂਜਰ ਜੋ ਹੈ ਨਾ ਹਾਂਜੀ ਉਹ ਥਰਡ ਮੈਂ ਖੜੂਗੀ ਓਕੇ ਓਕੇ ਠੀਕ ਹੈ ਜੀ ਓਕੇ ਥੈਂਕ ਯੂ ਸ਼ੁਕਰੀਆ ਜੀ ਹੈਲੋ ਵੀਰ ਹੈਲੋ ਜੀ ਖੜੂਗੀ ਇੱਥੇ ਇੱਕ ਹੋਰ ਆ ਗਈ ਇੱਥੇ ਵੀ ਪੈਪਸੀ ਲਿਖਿਆ ਹੋਇਆ ਤੇ ਆਪਣੇ ਇੰਡੀਆ 'ਚ ਵੀ ਪੈਪਸੀ ਲਿਖਿਆ ਤੇ ਉਹੀ ਤੁਸੀਂ ਬਸ ਬੰਡੀਆਂ ਪਾ ਰੱਖੀਆਂ ਨੇ ਸੇਮ ਚੀਜ਼ ਆ ਦੇਖ ਲਓ ਵੀ ਇਹਨੂੰ ਪੈਪਸੀ ਉਹ ਬੋਲਦੇ ਆ ਤੂੰ ਜੋ ਮਰਜ਼ੀ ਆਰਡਰ ਕਰ ਮਿੱਤਰਾਂ ਦਾ ਨਾਂ ਚੱਲਦਾ ਹੈ ਮਿੱਤਰਾਂ ਦਾ ਤੇ ਨਾਂ ਚੱਲਦਾ ਜਿਹੜੀ ਮਰਜ਼ੀ ਚੀਜ਼ ਆਰਡਰ ਕਰੋ ਜੀ 7:40 ਹੋ ਗਏ ਤੇ ਸਾਡੀਆਂ ਸਾਰੀਆਂ ਸੰਗਤਾਂ ਸੁੱਤੀਆਂ ਪਈਆਂ ਨੇ ਅਸਲ 'ਚ ਅਸੀਂ ਪਹੁੰਚਣਾ ਉੱਥੇ 11:30-11:12 ਦੇ ਆਸ ਪਾਸ ਤੇ ਇਹਨਾਂ ਨੂੰ ਐਂ ਵੀ ਅਸੀਂ ਪਹਿਲਾਂ ਪਹਿਲਾਂ ਹੀ ਨੀਂਦ ਕੁੱਟ ਲਈਏ ਬਾਅਦ 'ਚ ਇਹ ਸਾਨੂੰ ਧੱਕੇ ਮੁੱਕੇ ਵੀ ਇਹਨਾਂ ਨੇ ਹੀ ਮਾਰਨੇ ਨੇ ਵੀ ਫਟਾਫਟ ਪਰਾਂ ਹੋ ਜਾਓ ਪਰਾਂ ਹੋ ਜਾਓ ਅਸਲ 'ਚ ਸੰਗਤਾਂ ਸੁੱਤੀਆਂ ਉੱਠੀਆਂ ਨੇ ਤਾਂ ਕਰਕੇ ਉਹਨਾਂ ਜੋਸ਼ ਨਹੀਂ ਹਜੇ ਅਸੀਂ ਪਹੁੰਚਣ ਵਾਲੇ ਹਾਂ ਲਾਹੌਰ ਜਿਹਦਾ ਤੁਹਾਨੂੰ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਬਸ ਟ੍ਰੇਨ ਸਾਡੀ ਰੋਕਣ ਵਾਲੀ ਹੈ ਪਹਿਲੀ ਜਕਾਰੇ ਛੱਡੀ ਜਾਂਦੀਆਂ ਨੇ ਹਜੇ 10:16 ਹੋਏ ਨੇ ਇਹਦਾ ਟਾਈਮ ਸੀਗਾ 11:30 ਦਾ ਤੇ ਇਹਨੇ ਸਾਨੂੰ 1 ਘੰਟੇ ਵਾਂਗੂ ਪਹਿਲਾਂ ਲਾ ਦਿੱਤਾ ਸ੍ਰੀ ਅਕਾਲ ਲਓ ਜੀ ਅਸੀਂ ਪਹੁੰਚ ਗਏ ਹਾਂ ਲਾਹੌਰ ਬਸ ਸਾਡੀ ਗੱਡੀ ਰੋਕਣ ਵਾਲੀ ਹੈ ਆਹ ਦੇਖੋ ਤੁਸੀਂ ਪਹਿਲੀਆਂ ਝਲਕੀਆਂ ਲਾਹੌਰ ਦੇ ਰੇਲਵੇ ਸਟੇਸ਼ਨ ਦੀਆਂ ਹੁਣ ਆਪਾਂ ਨੀਚੇ ਉਤਰਨ ਲੱਗੇ ਹਾਂ ਤੇ ਤੁਹਾਨੂੰ ਦਿਖਾਉਣੇ ਆ ਕਿਹੋ ਜਿਹਾ ਆਏ ਹਾਏ ਹਾਏ ਆਹ ਦੇਖੋ ਲਾਹੌਰ ਵਾਹ 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 ਚੰਡੀਗੜ੍ਹ ਤਾਂ ਅੱਜ ਤੱਕ ਬਹੁਤ ਘੁੰਮਿਆ ਸੀ ਤੇ ਅੱਜ ਤੁਹਾਨੂੰ ਲਾਹੌਰ ਦਿਖਾਵਾਂਗੇ ਕਿਉਂਕਿ ਲਾਹੌਰ ਵੀ ਇੱਧਰਲੇ ਪੰਜਾਬ ਦੀ ਰਾਜਧਾਨੀ ਹੈ ਜਿਵੇਂ ਆਪਣੇ ਉੱਧਰਲੇ ਪੰਜਾਬ 'ਚ ਚੰਡੀਗੜ੍ਹ ਰਾਜਧਾਨੀ ਹੈ ਜਿਵੇਂ ਦਾ ਮੈਂ ਸੋਚਿਆ ਸੀ ਨਾ ਬਿਲਕੁਲ ਉਸੇ ਤਰ੍ਹਾਂ ਦਾ ਬਹੁਤ ਸੋਹਣਾ ਦੇਖੋ ਦੇਖੋ ਰੇਲਵੇ ਸਟੇਸ਼ਨ ਹੀ ਇੰਨਾ ਸੋਹਣਾ ਇੱਥੋਂ ਦਾ ਚੱਲੇ ਹਾਂ ਲਾਹੌਰ ਦੇ ਸਟੇਸ਼ਨ ਤੋਂ ਬਾਹਰ ਹੁਣ ਸਾਨੂੰ ਬੱਸਾਂ ਰਾਹੀਂ ਲੈ ਕੇ ਜਾਇਆ ਜਾਊਗਾ ਗੁਰਦੁਆਰਾ ਸਾਹਿਬ ਲਾਹੌਰ ਆਉਂਦੇ ਹੀ ਸਵਾਗਤ ਹੋਣਾ ਸ਼ੁਰੂ ਹੋ ਗਿਆ ਮੈਂ ਨਨਕਾਣਾ ਸਾਹਿਬ ਤੁਹਾਨੂੰ ਦਿਖਾ ਨਹੀਂ ਸਕੀ ਸੀ ਬਟ ਇੱਥੇ ਜ਼ਰੂਰ ਦਿਖਾ ਦਾਂਗੇ ਆ ਦੇਖੋ ਸ੍ਰੀ ਅਕਾਲ ਸਵਾਗਤ ਹੋ ਗਿਆ ਬਹੁਤ ਵਧੀਆ ਵੈਲਕਮ ਹੋ ਗਿਆ ਤੇ ਹੁਣ ਅਸੀਂ ਚੱਲੇ ਹਾਂ ਅੱਗੇ ਵੱਲ
ਜਿਹੜੇ ਮੇਰੇ ਹਾਰ ਪਾਏ ਆ ਉਹ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਦਿਖਾ ਸਕਦੀ ਹਾਂ ਕਿਉਂਕਿ ਮੈਂ ਇਕੱਲੀ ਹਾਂ ਇੱਥੇ ਵਲੋਗਿੰਗ ਵਾਲੀ ਤੇ ਜਦੋਂ ਰਿਪਨ ਮੇਰੇ ਨਾਲ ਹੁੰਦੇ ਨੇ ਉਦੋਂ ਤਾਂ ਇੱਕ ਜਣਾ ਕੈਮਰਾ ਫੜ ਲੈਂਦਾ ਤੇ ਦੂਸਰਾ ਜਣਾ ਦਿਖਾ ਦਿੰਦਾ ਹੁੰਦਾ ਤੇ ਹੁਣ ਅਸੀਂ ਆ ਗਏ ਹਾਂ ਲਾਹੌਰ ਦੇ ਸਟੇਸ਼ਨ ਦੇ ਬਿਲਕੁਲ ਬਾਹਰ ਇੱਧਰ ਸਾਡੇ ਲਈ ਬੱਸਾਂ ਲੱਗੀਆਂ ਹੋਈਆਂ ਨੇ ਆਹ ਦੇਖੋ ਪੁਲਿਸ ਦੀ ਵੈਨ ਖੜੀ ਆ ਤੇ ਆਹ ਬੱਸਾਂ 'ਚ ਅਸੀਂ ਜਾਣਾ ਅੱਗੇ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਦੇਖੋ ਬੱਸਾਂ ਹੀ ਬੱਸਾਂ ਜਿਹੜੀ ਮਰਜ਼ੀ ਬੱਸ ਬੰਦਾ ਚੜ੍ਹ ਆਪਣੇ ਨਾਲ ਦੀ ਸੰਗਤ ਕਿੱਧਰ ਗਈ ਜੀ ਪਿੱਛੇ ਰਹਿ ਗਏ ਮੈਨੂੰ ਲੱਗਦਾ ਕੋਈ ਦੇਖ ਹੀ ਨਹੀਂ ਰਿਹਾ ਕਿੱਧਰ ਗਏ ਸਾਰੇ ਜਾਣੇ ਇੱਧਰ ਨਾਲ ਹੀ ਦੇਖੋ ਐਂਬੂਲੈਂਸ ਖੜੀ ਆ ਤੇ ਇੱਧਰ ਸੀਗਾ ਹਾਂਜੀ ਹਾਂਜੀ ਲੈਣੀ ਆ ਇੱਧਰ ਸੀ ਬੱਸ ਬਹੁਤ ਜ਼ਿਆਦਾ ਭਰੀ ਹੋਈ ਆਹ ਦੇਖੋ ਸਾਡੀ ਸੰਗਤ ਦੀ ਮੈਂ ਤੁਹਾਨੂੰ ਫੁੱਲ ਪਾਏ ਹੋਏ ਦਿਖਾ ਦਿੰਦੀ ਹਾਂ ਚਲੋ 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 ਹਾਂਜੀ 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 ਚਲੋ ਚਲੋ ਤੇ ਇੱਧਰ ਬੱਸਾਂ ਬਹੁਤ ਸਾਰੀਆਂ ਭਰੀਆਂ ਹੋਈਆਂ ਸੀ ਸਤਿ ਸ਼੍ਰੀ ਅਕਾਲ ਆਹ ਦੇਖੋ ਆਲ ਟਾਈਮ ਮੇਰੀ ਫੇਵਰੇਟ ਬੱਸ ਤੁਹਾਡੀਆਂ ਬੱਸਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਆਹ ਦੇਖੋ ਇਹ ਬੱਸ ਮੈਨੂੰ ਬਾਹਲੀ ਸੋਹਣੀ ਲੱਗਦੀ ਆ ਉਹ ਮੇਰਾ ਟੇਚੀ ਦਾ ਧਰਾ ਦੋ ਕੋਈ ਜਾਣਾ ਲਓ ਲਓ ਫੜੋ ਆਈ ਮੰਮੀ ਆ ਦੇਖੋ ਖਿੜਕੀਆਂ ਕਿੱਦਾਂ ਦੇ ਨੇ ਕੋਈ ਸ਼ੀਸ਼ਾ ਨਹੀਂ ਹੈਗਾ ਇੱਥੇ ਖੁੱਲੀਆਂ ਨੇ ਲਓ ਜੀ ਸਾਡੀ ਸਾਰੀ ਸੰਗਤ ਹੁਣ ਨੀਚੇ ਉਤਰਨ ਲੱਗੀ ਹੈ ਤੇ ਇੱਥੇ ਮੈਨੂੰ ਲੱਗਦਾ ਨਾਲ ਹੀ ਗੁਰਦੁਆਰਾ ਸਾਹਿਬ ਹੈ ਇੱਥੇ ਸਾਡੀਆਂ ਬੱਸਾਂ ਰੁਕ ਗਈਆਂ ਜਿਹੜੀਆਂ ਬੱਸਾਂ ਸਾਨੂੰ ਛੱਡ ਕੇ ਗਈਆਂ ਸੀ ਇਹ ਸਾਰੀਆਂ ਯੂਨੀਵਰਸਿਟੀ ਦੀਆਂ ਬੱਸਾਂ ਨੇ ਜਿਨ੍ਹਾਂ ਨਾਲ ਸਾਡਾ ਇੱਥੇ ਆਉਣ ਦਾ ਪ੍ਰਬੰਧ ਕੀਤਾ ਗਿਆ ਪਾਕਿਸਤਾਨ 'ਚ ਜਦੋਂ ਵੀ ਆਪਾਂ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਆਹ ਚੈਕਿੰਗ ਹੁੰਦੀ ਹੈ ਫਿਰ ਅੰਦਰ ਜਾਣ ਦਿੱਤਾ ਜਾਂਦਾ ਆਹ ਦੇਖੋ ਮੇਰੇ ਪਿੱਛੇ ਕਿੰਨੀ ਸੰਗਤ ਹੈ ਲਓ ਜੀ ਚੈਕਿੰਗਾਂ ਹੋ ਗਈਆਂ ਤੇ ਹੁਣ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੰਦਰ ਵੈਸੇ ਤਾਂ ਮੈਨੂੰ ਅਬੀਦਾ ਖਾਨ ਨੇ ਲੈਣ ਆਉਣਾ ਸੀ ਪਰ ਉਹ ਇਸ ਟਾਈਮ UK ਦੇ ਵਿੱਚ ਨੇ ਤੇ ਅੱਜ ਉਹਨਾਂ ਦੀ ਫਲਾਈਟ ਆ ਉੱਥੋਂ ਤੇ ਕੱਲ੍ਹ ਦੇ ਵਲੌਗ 'ਚ ਆਪਾਂ ਤੁਹਾਨੂੰ ਅਬੀਦਾ ਖਾਨ ਨੂੰ ਹੀ ਮਿਲਾਵਾਂਗੇ ਤੇ ਉਹਦੇ ਨਾਲ ਹੀ ਮੈਂ ਸਾਰੇ ਬਾਜ਼ਾਰ ਘੁੰਮਣੇ ਆ ਇੱਥੋਂ ਦੇ ਤੇ ਉਹਦੇ ਨਾਲ ਹੀ ਮੈਂ ਉਹਨਾਂ ਦੇ ਘਰ ਰਹਿਣਾ ਆਹ ਦੇਖੋ ਇੱਥੇ ਕਿੰਨੀ ਸਿਕਿਉਰਿਟੀ ਲੱਗੀ ਹੋਈ ਆ ਆਹ ਸਾਡੀ ਸਾਰੀ ਸੰਗਤ ਹੈ ਤੇ ਉਹ ਜਿਹੜੀ ਐਂਬੂਲੈਂਸ ਮੈਨ ਖੜੀ ਆ ਉਸ ਤੋਂ ਵੀ ਪਿੱਛੇ ਸੰਗਤ ਆ ਉਹ ਅਸੀਂ ਐਂ ਘੁੰਮ ਕੇ ਸਾਰੇ ਜਾਣੇ ਆਏ ਹਾਂ ਤੇ ਇਸ ਤੋਂ ਬਾਅਦ ਵੀ ਫਿਰ ਚੈਕਿੰਗ ਹੁੰਦੀ ਹੈ ਮਤਲਬ ਚੈਕਿੰਗ ਹੋਈ ਸਾਡੀ ਇੱਕ ਵਾਰੀ ਪਿੱਛੇ ਤੇ ਇੱਕ ਵਾਰੀ ਆਹ ਦੋ ਵਾਰੀ ਵੈਸੇ ਗੁਰਦੁਆਰਾ ਸਾਹਿਬ ਨੂੰ ਆਹ ਰਸਤਾ ਜਾਂਦਾ ਪਰ ਸਾਨੂੰ ਇਸ ਰਸਤੇ ਤੇ ਕੱਢਿਆ ਜਾ ਰਿਹਾ ਇੱਥੇ ਸਾਡੇ ਬੈਗ ਵੀ ਚੈੱਕ ਹੋਣਗੇ ਗੁਰਦੁਆਰਾ ਸਾਹਿਬ 'ਚ ਇੱਦਾਂ ਹੀ ਹੁੰਦਾ ਪਹਿਲਾਂ ਬੰਦੇ ਦੀ ਚੈਕਿੰਗ ਹੁੰਦੀ ਆ ਫਿਰ ਬੈਗਾਂ ਦੀ ਚੈਕਿੰਗ ਹੁੰਦੀ ਆ ਫਿਰ ਸਾਡੀ ਚੈਕਿੰਗ ਹੁੰਦੀ ਆ ਤੇ ਉਸ ਤੋਂ ਬਾਅਦ ਸਾਨੂੰ ਅੰਦਰ ਐਂਟਰ ਕੀਤਾ ਜਾਂਦਾ ਚਲੋ ਵੈਸੇ ਕਰਦੇ ਤਾਂ ਸਾਡੀ ਸਹੂਲਤ ਲਈ ਨੇ ਕੋਈ ਗੱਲ ਨਹੀਂ ਆਪਾਂ ਨੂੰ ਸਭ ਤੋਂ ਮੇਨ ਹੁੰਦਾ ਆਪਣੇ ਦਰਸ਼ਕ ਦਾਰੇ ਉਹ ਕਰਾਏ ਜਾ ਰਹੇ ਨੇ ਉਹੀ ਮੇਨ ਆਪਣੇ ਲਈ ਲਓ ਜੀ ਅੱਜ ਫੇਰ ਆ ਗਏ ਅਸੀਂ ਤੰਬੂ 'ਚ ਤੇ ਇਹ ਆ ਸਾਡਾ ਅੱਜ ਦਾ ਰਹਿਣ ਬਸੇਰਾ ਆਹ ਦੇਖੋ ਇੱਥੇ ਫੇਰ ਅੱਜ ਤੰਬੂ ਲੱਗਿਆ ਹੈ ਚਾਰਜਿੰਗ ਚੂਰਜਿੰਗ ਦਾ ਫੇਰ ਕੋਈ ਸਿਸਟਮ ਨਹੀਂ ਹੈਗਾ ਪਰ ਆਪਾਂ ਕੱਲ੍ਹ ਨੂੰ ਦੁਬਾਰਾ ਕਮਰਾ ਲੈ ਲਾਂਗੇ ਕੋਈ ਹੋਰ ਹੁਣ ਜੀ ਅਸੀਂ ਲੱਗੇ ਹਾਂ ਸੋਹਣ ਜਿਹੜੇ ਸਾਡੇ ਗਲਾਂ 'ਚ ਉਹਨਾਂ ਨੇ ਹਾਰ ਪਾਏ ਸੀ ਉਹ ਅਸੀਂ ਸਾਰਿਆਂ ਨੇ ਆਪੋ ਆਪਣੀਆਂ ਟੈਚੀਆਂ 'ਤੇ ਪਾ ਤੇ ਅਤੇ ਆਹ ਦੇਖੋ ਤੁਸੀਂ ਸਿਰਹਾਣੇ ਕਿੰਨੇ ਸੋਹਣੇ ਨੇ ਸਾਫ਼ ਸਾਫ਼ ਸਾਨੂੰ ਚਾਦਰਾਂ ਨੇ ਸਾਰੀਆਂ ਸੰਗਤਾਂ ਸੌਣ ਲੱਗੀਆਂ ਨੇ ਹੁਣ ਅੱਧੇ ਤਾਂ ਭਾਈ ਜਗ੍ਹਾ ਪਿੱਛੇ ਲੜੀ ਜਾਂਦੇ ਨੇ ਤੁਹਾਨੂੰ ਪਤਾ ਕਈਆਂ ਦੀ ਫਿਤਰਤ ਹੈ ਆਉਣ ਵਾਲੇ ਬਲੌਗ 'ਚ ਮੈਂ ਤੁਹਾਨੂੰ ਅਬੀਰਾ ਖਾਨ ਦੇ ਨਾਲ ਮਿਲਾਊਂਗੀ ਅਤੇ ਉਹਦੇ ਨਾਲ ਹੀ ਮੈਂ ਇੱਥੇ ਸਾਰਾ ਘੁੰਮਣਾ ਅਤੇ ਤੁਸੀਂ ਵੇਟ ਕਰਦੇ ਰਹੇ ਹੋ ਆਉਣ ਵਾਲੇ ਬਲੌਗ ਦੀ ਮਿਲਦੇ ਹਾਂ ਕੱਲ੍ਹ ਦੇ ਬਲੌਗ 'ਚ